ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਉਹ ਇੱਕ ਬੜੇ ਵਿਦਵਾਨ ਜਿਨ੍ਹਾਂ ਨੇ ਐੱਮ ਏ ਰਿਲੀਜੀਅਸ ਦੀ ਕੀਤੀ ਹੋਈ ਹੈ ਔਰ ਕੰਪੈਰੇਟਿਵ ਸਟੱਡੀ ਅਦਰ ਰਿਲੀਜੀਅਨਸ ਦੀ ਕਰ ਰਹੇ ਹੈ। ਮੈਨੂੰ ਆਸ ਹੈ ਕਿ ਜਿੰਨਾ ਚਿਰ ਵਾਸਤੇ ਜ਼ਿੰਮੇਵਾਰੀ ਸੰਭਾਲਣਗੇ ਉਹ ਕੌਮ ਨੂੰ ਅੱਛੀਆਂ ਸੇਵਾਵਾਂ ਦੇਣਗੇ, ਚੰਗੀ ਸਿਹਤ ਦੇਣਗੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਵੀ ਸੰਤੁਸ਼ਟ ਹੋਏਗੀ ਕਿ ਇੱਕ ਪੜ੍ਹੇ ਲਿਖੇ ਜਿਹੜੇ ਹੈ ਉਹ ਜਥੇਦਾਰ ਜੀ ਦੀ ਪਦਵੀ 'ਤੇ ਬੈਠੇ। ਗਿਆਨੀ ਗੁਰਬਚਨ ਸਿੰਘ ਜੀ, ਦੇਖੋ ਜੀ, ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਲੰਬਾ ਸਮਾਂ ਸੇਵਾ ਕੀਤੀ ਹੈ। ਸੇਵਾ ਕਰਦਿਆਂ ਕਈ ਵਾਰੀ ਉਹ ਹਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਤਰੁੱਟੀਆਂ ਰਹਿ ਸਕਦੀਆਂ, ਕਮੀਆਂ ਰਹਿ ਸਕਦੀਆਂ। ਮੈਂ ਉਹਨਾਂ ਦੀ ਸਾਰੀ ਕੌਮ ਦੇ ਕੋਲੋਂ ਮਾਫ਼ੀ ਵੀ ਮੰਗਦਾ ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸਿਹਤ ਨਾ ਠੀਕ ਹੋਣ ਕਰਕੇ ਮੈਂ ਉਹ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਛੱਡ ਰਿਹਾ। ਜੇ ਕਿਤੇ ਕਈ ਵਾਰੀ ਕੋਈ ਐਸੇ ਹੁੰਦੇ ਜਿਹਨੂੰ ਲਾਲਸਾ ਹੋਵੇ, ਲਾਲਚ ਹੋਵੇ, ਉਹ ਕਹਿੰਦੇ ਜੀ ਨਹੀਂ ਵੀ ਸਿਹਤ ਠੀਕ ਤਾਂ ਕੀ ਮੈਂ ਕਰ ਸਕਦਾ। ਸੋ ਉਹਨਾਂ ਨੇ ਕਿਹਾ ਕਿ ਮੈਂ ਉਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਹੀਂ ਕਰ ਸਕਦਾ ਜਿੰਨੀ ਤਨਦੇਹੀ ਨੇ ਕਰਨੀ ਚਾਹੀਦੀ ਹੈ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਲੰਬਾ ਸਮਾਂ ਸੇਵਾ ਕੀਤੀ ਹੈ ਔਰ ਆਉਣ ਵਾਲੀ ਜਥੇਦਾਰ ਜੀ ਨੂੰ ਵਧਾਈ ਦਿੰਦੀ। ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਉਹ ਇੱਕ ਬੜੇ ਵਿਦਵਾਨ ਜਿਨ੍ਹਾਂ ਨੇ ਐੱਮ ਏ ਰਿਲੀਜੀਅਸ ਦੀ ਕੀਤੀ ਹੋਈ ਹੈ ਔਰ ਕੰਪੈਰੇਟਿਵ ਸਟੱਡੀ ਅਦਰ ਰਿਲੀਜੀਅਨਸ ਦੀ ਕਰ ਰਹੇ ਹੈ। ਮੈਨੂੰ ਆਸ ਹੈ ਕਿ ਜਿੰਨਾ ਚਿਰ ਵਾਸਤੇ ਜ਼ਿੰਮੇਵਾਰੀ ਸੰਭਾਲਣਗੇ ਉਹ ਕੌਮ ਨੂੰ ਅੱਛੀਆਂ ਸੇਵਾਵਾਂ ਦੇਣਗੇ, ਚੰਗੀ ਸਿਹਤ ਦੇਣਗੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਵੀ ਸੰਤੁਸ਼ਟ ਹੋਏਗੀ ਕਿ ਇੱਕ ਪੜ੍ਹੇ ਲਿਖੇ ਜਿਹੜੇ ਹੈ ਉਹ ਜਥੇਦਾਰ ਜੀ ਦੀ ਪਦਵੀ 'ਤੇ ਬੈਠੇ। ਗਿਆਨੀ ਗੁਰਬਚਨ ਸਿੰਘ ਜੀ, ਦੇਖੋ ਜੀ, ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਲੰਬਾ ਸਮਾਂ ਸੇਵਾ ਕੀਤੀ ਹੈ। ਸੇਵਾ ਕਰਦਿਆਂ ਕਈ ਵਾਰੀ ਉਹ ਹਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਤਰੁੱਟੀਆਂ ਰਹਿ ਸਕਦੀਆਂ, ਕਮੀਆਂ ਰਹਿ ਸਕਦੀਆਂ। ਮੈਂ ਉਹਨਾਂ ਦੀ ਸਾਰੀ ਕੌਮ ਦੇ ਕੋਲੋਂ ਮਾਫ਼ੀ ਵੀ ਮੰਗਦਾ ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸਿਹਤ ਨਾ ਠੀਕ ਹੋਣ ਕਰਕੇ ਮੈਂ ਉਹ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਛੱਡ ਰਿਹਾ। ਜੇ ਕਿਤੇ ਕਈ ਵਾਰੀ ਕੋਈ ਐਸੇ ਹੁੰਦੇ ਜਿਹਨੂੰ ਲਾਲਸਾ ਹੋਵੇ, ਲਾਲਚ ਹੋਵੇ, ਉਹ ਕਹਿੰਦੇ ਜੀ ਨਹੀਂ ਵੀ ਸਿਹਤ ਠੀਕ ਤਾਂ ਕੀ ਮੈਂ ਕਰ ਸਕਦਾ। ਸੋ ਉਹਨਾਂ ਨੇ ਕਿਹਾ ਕਿ ਮੈਂ ਉਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਹੀਂ ਕਰ ਸਕਦਾ ਜਿੰਨੀ ਤਨਦੇਹੀ ਨੇ ਕਰਨੀ ਚਾਹੀਦੀ ਹੈ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਲੰਬਾ ਸਮਾਂ ਸੇਵਾ ਕੀਤੀ ਹੈ ਔਰ ਆਉਣ ਵਾਲੀ ਜਥੇਦਾਰ ਜੀ ਨੂੰ ਵਧਾਈ ਦਿੰਦੀ। ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਉਹ ਇੱਕ ਬੜੇ ਵਿਦਵਾਨ ਜਿਨ੍ਹਾਂ ਨੇ ਐੱਮ ਏ ਰਿਲੀਜੀਅਸ ਦੀ ਕੀਤੀ ਹੋਈ ਹੈ ਔਰ ਕੰਪੈਰੇਟਿਵ ਸਟੱਡੀ ਅਦਰ ਰਿਲੀਜੀਅਨਸ ਦੀ ਕਰ ਰਹੇ ਹੈ। ਮੈਨੂੰ ਆਸ ਹੈ ਕਿ ਜਿੰਨਾ ਚਿਰ ਵਾਸਤੇ ਜ਼ਿੰਮੇਵਾਰੀ ਸੰਭਾਲਣਗੇ ਉਹ ਕੌਮ ਨੂੰ ਅੱਛੀਆਂ ਸੇਵਾਵਾਂ ਦੇਣਗੇ, ਚੰਗੀ ਸਿਹਤ ਦੇਣਗੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਵੀ ਸੰਤੁਸ਼ਟ ਹੋਏਗੀ ਕਿ ਇੱਕ ਪੜ੍ਹੇ ਲਿਖੇ ਜਿਹੜੇ ਹੈ ਉਹ ਜਥੇਦਾਰ ਜੀ ਦੀ ਪਦਵੀ 'ਤੇ ਬੈਠੇ। ਗਿਆਨੀ ਗੁਰਬਚਨ ਸਿੰਘ ਜੀ, ਦੇਖੋ ਜੀ, ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਲੰਬਾ ਸਮਾਂ ਸੇਵਾ ਕੀਤੀ ਹੈ। ਸੇਵਾ ਕਰਦਿਆਂ ਕਈ ਵਾਰੀ ਉਹ ਹਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਤਰੁੱਟੀਆਂ ਰਹਿ ਸਕਦੀਆਂ, ਕਮੀਆਂ ਰਹਿ ਸਕਦੀਆਂ। ਮੈਂ ਉਹਨਾਂ ਦੀ ਸਾਰੀ ਕੌਮ ਦੇ ਕੋਲੋਂ ਮਾਫ਼ੀ ਵੀ ਮੰਗਦਾ ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸਿਹਤ ਨਾ ਠੀਕ ਹੋਣ ਕਰਕੇ ਮੈਂ ਉਹ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਛੱਡ ਰਿਹਾ। ਜੇ ਕਿਤੇ ਕਈ ਵਾਰੀ ਕੋਈ ਐਸੇ ਹੁੰਦੇ ਜਿਹਨੂੰ ਲਾਲਸਾ ਹੋਵੇ, ਹੋਵੇ, ਉਹ ਕਹਿੰਦੇ ਜੀ ਨਹੀਂ ਵੀ ਸਿਹਤ ਠੀਕ ਤਾਂ ਕੀ ਮੈਂ ਕਰ ਸਕਦਾ। ਸੋ ਉਹਨਾਂ ਨੇ ਕਿਹਾ ਕਿ ਮੈਂ ਉਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਹੀਂ ਕਰ ਸਕਦਾ ਜਿੰਨੀ ਤਨਦੇਹੀ ਨੇ ਕਰਨੀ ਚਾਹੀਦੀ ਹੈ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਲੰਬਾ ਸਮਾਂ ਸੇਵਾ ਕੀਤੀ ਹੈ ਔਰ ਆਉਣ ਵਾਲੀ ਜਥੇਦਾਰ ਜੀ ਨੂੰ ਵਧਾਈ ਦਿੰਦੀ। ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਉਹ ਇੱਕ ਬੜੇ ਵਿਦਵਾਨ ਜਿਨ੍ਹਾਂ ਨੇ ਐੱਮ ਏ ਰਿਲੀਜੀਅਸ ਦੀ ਕੀਤੀ ਹੋਈ ਹੈ ਔਰ ਕੰਪੈਰੇਟਿਵ ਸਟੱਡੀ ਅਦਰ ਰਿਲੀਜੀਅਨਸ ਦੀ ਕਰ ਰਹੇ ਹੈ। ਮੈਨੂੰ ਆਸ ਹੈ ਕਿ ਜਿੰਨਾ ਚਿਰ ਵਾਸਤੇ ਜ਼ਿੰਮੇਵਾਰੀ ਸੰਭਾਲਣਗੇ ਉਹ ਕੌਮ ਨੂੰ ਅੱਛੀਆਂ ਸੇਵਾਵਾਂ ਦੇਣਗੇ, ਚੰਗੀ ਸਿਹਤ ਦੇਣਗੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਵੀ ਸੰਤੁਸ਼ਟ ਹੋਏਗੀ ਕਿ ਇੱਕ ਪੜ੍ਹੇ ਲਿਖੇ ਜਿਹੜੇ ਹੈ ਉਹ ਜਥੇਦਾਰ ਜੀ ਦੀ ਪਦਵੀ 'ਤੇ ਬੈਠੇ। ਗਿਆਨੀ ਗੁਰਬਚਨ ਸਿੰਘ ਜੀ, ਦੇਖੋ ਜੀ, ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਲੰਬਾ ਸਮਾਂ ਸੇਵਾ ਕੀਤੀ ਹੈ। ਸੇਵਾ ਕਰਦਿਆਂ ਕਈ ਵਾਰੀ ਉਹ ਹਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਤਰੁੱਟੀਆਂ ਰਹਿ ਸਕਦੀਆਂ, ਕਮੀਆਂ ਰਹਿ ਸਕਦੀਆਂ। ਮੈਂ ਉਹਨਾਂ ਦੀ ਸਾਰੀ ਕੌਮ ਦੇ ਕੋਲੋਂ ਮਾਫ਼ੀ ਵੀ ਮੰਗਦਾ ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸਿਹਤ ਨਾ ਠੀਕ ਹੋਣ ਕਰਕੇ ਮੈਂ ਉਹ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਛੱਡ ਰਿਹਾ। ਜੇ ਕਿਤੇ ਕਈ ਵਾਰੀ ਕੋਈ ਐਸੇ ਹੁੰਦੇ ਜਿਹਨੂੰ ਲਾਲਸਾ ਹੋਵੇ, ਲਾਲਚ ਹੋਵੇ, ਉਹ ਕਹਿੰਦੇ ਜੀ ਨਹੀਂ ਵੀ ਸਿਹਤ ਠੀਕ ਤਾਂ ਕੀ ਮੈਂ ਕਰ ਸਕਦਾ। ਸੋ ਉਹਨਾਂ ਨੇ ਕਿਹਾ ਕਿ ਮੈਂ ਉਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਹੀਂ ਕਰ ਸਕਦਾ ਜਿੰਨੀ ਤਨਦੇਹੀ ਨੇ ਕਰਨੀ ਚਾਹੀਦੀ ਹੈ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਲੰਬਾ ਸਮਾਂ ਸੇਵਾ ਕੀਤੀ ਹੈ ਔਰ ਆਉਣ ਵਾਲੀ ਜਥੇਦਾਰ ਜੀ ਨੂੰ ਵਧਾਈ ਦਿੰਦੀ। ਬਹੁਤ ਚੰਗੀ ਗੱਲ ਹੈ ਜੀ, ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਉਹ ਇੱਕ ਬੜੇ ਵਿਦਵਾਨ ਜਿਨ੍ਹਾਂ ਨੇ ਐੱਮ ਏ ਰਿਲੀਜੀਅਸ ਦੀ ਕੀਤੀ ਹੋਈ ਹੈ ਔਰ ਕੰਪੈਰੇਟਿਵ ਸਟੱਡੀ ਅਦਰ ਰਿਲੀਜੀਅਨਸ ਦੀ ਕਰ ਰਹੇ ਹੈ। ਮੈਨੂੰ ਆਸ ਹੈ ਕਿ ਜਿੰਨਾ ਚਿਰ ਵਾਸਤੇ ਜ਼ਿੰਮੇਵਾਰੀ ਸੰਭਾਲਣਗੇ ਉਹ ਕੌਮ ਨੂੰ ਅੱਛੀਆਂ ਸੇਵਾਵਾਂ ਦੇਣਗੇ,
ਚੰਗੀ ਸੇਧ ਦੇਣਗੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਉਹ ਵੀ ਸੰਤੁਸ਼ਟ ਹੋਏਗੀ ਕਿ ਇੱਕ ਪੜ੍ਹੇ ਲਿਖੇ ਜਿਹੜੇ ਹੈ ਉਹ ਜਥੇਦਾਰ ਜੀ ਦੀ ਪਦਵੀ 'ਤੇ ਬੈਠੇ। ਗਿਆਨੀ ਗੁਰਬਚਨ ਸਿੰਘ ਜੀ, ਦੇਖੋ ਜੀ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਲੰਬਾ ਸਮਾਂ ਸੇਵਾ ਕੀਤੀ ਹੈ, ਸੇਵਾ ਕਰਦਿਆਂ ਕਈ ਵਾਰੀ ਉਹ ਹਰ ਮਨੁੱਖ ਕਹਿੰਦਾ ਕਿ ਮੇਰੇ ਕੋਲ ਤਰੁੱਟੀਆਂ ਰਹਿ ਸਕਦੀਆਂ, ਕਮੀਆਂ ਰਹਿ ਸਕਦੀਆਂ, ਮੈਂ ਉਹਨਾਂ ਦੀ ਸਾਰੀ ਕੌਮ ਦੇ ਕੋਲੋਂ ਮਾਫ਼ੀ ਵੀ ਮੰਗਦਾ। ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸਿਹਤ ਨਾ ਠੀਕ ਹੋਣ ਕਰਕੇ ਮੈਂ ਜ਼ਿੰਮੇਵਾਰੀ ਪੂਰੀ ਨਹੀਂ ਨਿਭਾ ਸਕਦਾ, ਇਸ ਕਰਕੇ ਮੈਂ ਛੱਡ ਰਿਹਾ। ਜੇ ਕਿਤੇ ਕਈ ਵਾਰੀ ਕੋਈ ਐਸੇ ਹੁੰਦੇ ਜਿਹਨੂੰ ਲਾਲਸਾ ਹੋਵੇ, ਲਾਲਚ ਹੋਵੇ, ਉਹ ਕਹਿੰਦੇ ਜੀ ਨਹੀਂ ਵੀ ਸਿਹਤ ਠੀਕ ਤਾਂ ਕਿ ਮੈਂ ਕਰ ਸਕਦਾ। ਸੋ ਉਹਨਾਂ ਨੇ ਕਿਹਾ ਕਿ ਮੈਂ ਉਨੀ ਤਨਦੇਹੀ ਨਾਲ ਜ਼ਿੰਮੇਵਾਰੀ ਨਹੀਂ ਕਰ ਸਕਦਾ ਜਿੰਨੀ ਤਨਦੇਹੀ ਨੇ ਕਰਨੀ ਚਾਹੀਦੀ ਹੈ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ, ਲੰਬਾ ਸਮਾਂ ਸੇਵਾ ਕੀਤੀ ਹੈ, ਔਰ ਆਉਣ ਵਾਲੇ ਜਥੇਦਾਰ ਜੀ ਨੂੰ ਵਧਾਈ ਦਿੰਦੀ ਹਾਂ।